ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਹਾਈ ਸਕੂਲ ਖੇੜੀ ਬਰਨਾ ਦੇ ਵਿੱਚ ਪੜ੍ਹੇ ਨੌਜਵਾਨ ਰਣਵੀਰ ਸਿੰਘ ਦੇ ਦੁਆਰਾ ਇੱਕ ਆਈਡੀਆ ਦੇ ਉੱਪਰ ਆਪਣੇ ਟੀਚਰ ਸਾਹਿਬਾਨਾਂ ਦੀ ਮਦਦ ਨਾਲ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜੋ ਕਿ ਕਿਸਾਨਾਂ ਦੀ ਮਦਦ ਲਈ ਬਣਾਇਆ ਗਿਆ। ਰਣਵੀਰ ਨੇ ਦੱਸਿਆ ਕਿ ਇਹ ਪ੍ਰੋਜੈਕਟ 1500 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਦੁਨੀਆਂ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਜੋ ਕਿ ਉਹਨਾਂ ਨੇ ਅਧਿਆਪਿਕਾ ਦੀ ਮਦਦ ਨਾਲ ਤਿਆਰ ਕੀਤਾ। ਇਸ ਪ੍ਰੋਜੈਕਟ ਦੇ ਵਿੱਚ ਮਦਦ ਕਰਨ ਵਾਲੇ ਮੈਡਮ ਗੁਰਪ੍ਰੀਤ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੁਆਰਾ ਆਈਡੀਆ ਜਦੋਂ ਦੱਸਿਆ ਗਿਆ ਤਾਂ ਇਸ ਪ੍ਰੋਜੈਕਟ ਦੇ ਉੱਪਰ ਕੰਮ ਕੀਤਾ ਗਿਆ ਅਤੇ ਅੱਜ ਮਿਹਨਤ ਦੇ ਸਦਕਾ ਇਹ ਪ੍ਰੋਜੈਕਟ ਪਾਸ ਹੋ ਗਿਆ। ਸਕੂਲ ਦੇ ਪ੍ਰਿੰਸੀਪਲ ਅਮਿਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਰਕਾਰੀ ਹਾਈ ਸਕੂਲ ਖੇੜੀ ਬਰਨਾ ਨੂੰ ਹੋਰ ਵੀ ਅਪਗ੍ਰੇਡ ਕੀਤਾ ਜਾਵੇ। ਜਤਿੰਦਰ ਕੁਮਾਰ ਦੀ ਰਿਪੋਰਟ। ਰਣਵੀਰ ਸਿੰਘ, ਰਣਵੀਰ ਜੀ, ਕਦੋਂ ਜਿਹੜੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਿੱਥੇ ਦੀ ਨੋਮੀਨੇਸ਼ਨ ਹੋਈ ਹੈ? ਇਹ ਜੀ 9ਵੀਂ ਕਲਾਸ 'ਚ ਸ਼ੁਰੂਆਤ ਕੀਤੀ ਸੀ। ਅਧਿਆਪਕ ਸਾਹਿਬਾਨ ਨੇ ਦੱਸਿਆ ਜੀ ਇੰਸਪਾਇਰ ਅਵਾਰਡ ਨਾਂ ਦਾ ਇੱਕ ਯੋਜਨਾ ਜੀ ਅਤੇ ਉਹਦੇ ਵਿੱਚ ਇੱਕ ਮਾਡਲ ਚਾਹੀਦਾ ਜੀ। ਅਤੇ ਮੈਨੂੰ ਉਦੋਂ ਆਈਡੀਆ ਆਇਆ ਵੀ ਜਦੋਂ ਮੇਰੇ ਪਿੰਡ ਦੇ ਕਿਸਾਨ ਹੀ ਹੱਥਾਂ ਨਾਲ ਛੱਲੀਆਂ ਉਤਾਰ ਰਹੇ ਸੀ, ਹੱਥਾਂ ਨਾਲ ਬਹੁਤ ਪ੍ਰੋਬਲਮ ਆ ਰਹੀ ਸੀ, ਤਾਂ ਮੈਂ ਉਹਨਾਂ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਇੱਕ ਮਸ਼ੀਨ ਤਿਆਰ ਕੀਤੀ। ਅਤੇ ਉਸ ਤੋਂ ਬਾਅਦ ਇਸ ਨੂੰ ਡਿਸਟ੍ਰਿਕਟ ਲੈਵਲ 'ਤੇ ਲੈ ਗਏ, ਉੱਥੋਂ ਸਿਲੈਕਟ ਕੀਤੀ ਅਤੇ ਫਿਰ ਸਟੇਟ 'ਤੇ, ਉੱਥੋਂ ਵੀ ਸਿਲੈਕਟ ਹੋ ਗਈ ਅਤੇ ਹੁਣ ਨੈਸ਼ਨਲ ਲੈਵਲ ਜਾਣਾ ਜੀ ਦਿੱਲੀ। ਅਤੇ ਕਿੰਨਾ ਕੁ ਟਾਈਮ ਲੱਗਿਆ ਇਸ ਪ੍ਰੋਜੈਕਟ ਨੂੰ? ਟਾਈਮ ਤਾਂ ਜੀ ਬਹੁਤ ਕੰਜ਼ਿਊਮ ਹੋ ਗਿਆ ਕਿਉਂਕਿ ਪਹਿਲੀ ਵਾਰ ਜਦੋਂ ਬਣਵਾਈ ਸੀ ਉਸ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਸੀ ਜੀ। ਇੱਕ ਵਾਰ ਇੱਧਰੋਂ ਸ਼ੁਰੂ ਕਰਦੇ ਸੀ ਤਾਂ ਇੱਧਰੋਂ ਪ੍ਰੋਬਲਮ ਆਉਂਦੀ ਸੀ, ਦੂਜੀ ਚੀਜ਼ ਸ਼ੁਰੂ ਕਰਦੀ ਤੀਜੀ 'ਚ ਪ੍ਰੋਬਲਮ ਆਉਂਦੀ ਸੀ, ਤਾਂ ਜੀ ਸਟੈਪ ਬਾਈ ਸਟੈਪ ਚੱਲੇ ਗਏ ਅਤੇ ਜੀ ਲਗਭਗ ਬਣ ਕੇ ਤਿਆਰ ਹੋ ਗਈ ਸੀ। ਕਿਹੜੇ ਸਕੂਲ 'ਚ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ? ਇਹ ਖੇੜੀ ਬਰਨਾ ਸਰਕਾਰੀ ਹਾਈ ਸਕੂਲ ਖੇੜੀ ਬਰਨਾ ਜੀ। ਟੀਚਰ ਸਾਹਿਬਾਨਾਂ ਦਾ ਕਿੰਨਾ ਕੁ ਯੋਗਦਾਨ ਹੈ? ਟੀਚਰ ਸਾਹਿਬਾਨਾਂ ਦੀ ਬਹੁਤ ਯੋਗਦਾਨ ਰਿਹਾ ਜੀ, ਉਹ ਨਾ ਹੁੰਦੇ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ, ਤਾਂ ਉਹਨਾਂ ਦਾ ਪੂਰਾ ਯੋਗਦਾਨ ਰਿਹਾ ਜੀ। ਅਤੇ ਕੀ ਕੁਛ ਜਿਹੜਾ ਹੈ ਹੋਰ ਅੱਗੇ ਇਸ ਪ੍ਰੋਜੈਕਟ ਦੇ ਵਿੱਚ ਹੋ ਸਕਦੇ ਨੇ ਫੇਰ ਬਦਲ ਜਿਹਦੇ ਹੋਰ ਵਧੀਆ ਢੰਗ ਦੇ ਨਾਲ? ਇੱਕ ਤਰ੍ਹਾਂ ਦੀ ਪ੍ਰੋਟੋਟਾਈਪ ਤਿਆਰ ਕੀਤਾ ਕਿ ਡੈਮੋ ਤਿਆਰ ਕੀਤਾ, ਇਹਦੇ ਵਿੱਚ ਹੋਰ ਬਹੁਤ ਸਾਰੇ ਸੋਧ ਹੋ ਸਕਦੇ ਨੇ। ਜੇ ਇਹਨੂੰ ਅੱਗੇ ਮਾਰਕੀਟ 'ਚ ਉਤਾਰਨਾ ਤਾਂ ਇਹਦੇ ਵਿੱਚ ਆਪਾਂ ਇੱਕ ਮੋਟਰ ਲਗਾ ਸਕਦੇ ਹਾਂ ਅਤੇ ਉਹਨੂੰ ਸੋਲਰ ਨਾਲ ਬੈਟਰੀ ਦੇ ਸਕਦੇ ਚਾ ਕਰੰਟੀ। ਅਤੇ ਅੱਗੇ ਹੁਣ ਕਦੋਂ ਜਾ ਰਹੇ ਹੋ ਤੁਸੀਂ ਕੰਪੀਟੀਸ਼ਨ? ਹੁਣ ਜੀ 16 ਤਰੀਕ ਨੂੰ ਜਾਣਾ ਜੀ ਦਿੱਲੀ ਜਾਣਾ ਦਿੱਲੀ। ਅਤੇ ਹੋਰ ਕੁਛ ਕਹਿਣਾ ਚਾਹੋ ਆਪਣੇ ਹਮ ਉਮਰ ਬੱਚਿਆਂ ਨੂੰ, ਪ੍ਰੋਜੈਕਟ ਜਿਵੇਂ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਦੇ ਵਾਸਤੇ ਕੁਛ ਕਹਿਣਾ ਚਾਹੁੰਦੇ ਹੋ? ਹੋਰਾਂ ਨੂੰ ਇਹੀ ਆ ਜੀ, ਤੁਸੀਂ ਵੀ ਆਪਣੇ ਦਿਮਾਗ ਨੂੰ ਹੋਰ ਮਤਲਬ ਆਈਡੀਆ ਵੱਧ ਤੋਂ ਵੱਧ ਆਈਡੀਆ ਲਓ ਅਤੇ ਮਸ਼ੀਨਾਂ ਤਿਆਰ ਮਸ਼ੀਨ ਤਿਆਰ ਕਰੋ ਜਿਹੜੀ ਵੀ ਹੋਰ ਹਰੇਕ ਬੰਦੇ ਦੇ ਕੰਮ ਆ ਵੀ, ਉਹ ਕਿਸਾਨ ਨਹੀਂ ਹੋ ਸਕਦੇ, ਕੋਈ ਵੀ ਚੀਜ਼ ਹੋ ਸਕਦੀ ਹੈ, ਜਿਵੇਂ ਕੋਈ ਵੀ ਆਪਣੇ ਪ੍ਰੋਬਲਮ ਹੈ ਜੀ ਉਹਨੂੰ ਵੀ ਹੱਲ ਕਰਨ ਵਾਸਤੇ ਕੋਈ ਵੀ ਆਪਣਾ ਆਈਡੀਆ ਲੈ ਕੇ ਆਉਣ। ਤੁਸੀਂ ਪਿੰਡ 'ਚ ਹੀ ਰਹਿੰਦੇ? ਹਾਂਜੀ ਪਿੰਡ 'ਚ ਰਹਿੰਦੇ। ਅਤੇ ਕੁਛ ਅੱਗੇ ਏਮ ਸੋਚਿਆ ਗਿਆ ਜ਼ਿੰਦਗੀ ਦੇ ਵਿੱਚ ਕੋਈ ਹੋਰ ਕਿਸਾਨਾਂ ਦੇ ਵਾਸਤੇ ਕੁਛ ਇਹੋ ਜਿਹੇ ਪ੍ਰੋਜੈਕਟ ਵਗੈਰਾ ਕੁਛ? ਹਾਂਜੀ ਸੋਚਾਂਗੇ ਉਹਦੇ ਬਾਰੇ। ਸਰ ਕੀ ਨਾਮ ਹੈ ਜੀ, ਕਿੱਥੇ ਜਾਓਗੇ? ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਮੈਂ ਸਰਕਾਰੀ ਹਾਈ ਸਕੂਲ ਖੇੜੀ ਬਰਨਾ ਵਿਖੇ ਬਤੌਰ ਸਾਇੰਸ ਮਾਸਟਰ ਜਿਹੜਾ ਹੈਗਾ ਉਹ ਜੋਬ ਕਰ ਰਿਹਾ ਜੀ। ਸਰ ਕਿੰਨਾ ਕੁ ਜਦੋਂ ਪਹਿਲੀ ਫੀਲਿੰਗ ਕੀ ਹੋਈ ਜਦੋਂ ਪਤਾ ਲੱਗਿਆ ਕਿ ਬੱਚੇ ਦਾ ਜਿਹੜਾ ਪ੍ਰੋਜੈਕਟ ਪਾਸ ਹੋ ਗਿਆ? ਹਾਂਜੀ ਪਹਿਲਾਂ ਬਹੁਤ ਖੁਸ਼ੀ ਹੋਈ ਜੀ, ਵਿਦਿਆਰਥੀ ਦੀ ਪਹਿਲਾਂ ਨੋਮੀਨੇਸ਼ਨ ਕਰਵਾਈ ਸੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਅਧਿਆਪਕ ਸਾਹਿਬਾਨ ਬਹੁਤ ਮਿਹਨਤ ਨਾਲ ਉਹਨਾਂ ਨੇ ਕੰਮ ਕੀਤਾ, ਬੱਚੇ ਦੀ ਰਜਿਸਟ੍ਰੇਸ਼ਨ ਕਰਵਾਈ ਉਹਨਾਂ ਨੇ, ਤਾਂ ਉਹਨਾਂ ਦੀ ਮਿਹਨਤ ਸਦਕਾ ਅਤੇ ਗਾਈਡ ਅਧਿਆਪਕਾਂ ਦੀ ਜਿਹੜੀ ਯੋਗ ਅਗਵਾਈ ਹੈ ਉਹਦੇ ਨਾਲ ਜਿਹੜੀ ਵਿਦਿਆਰਥੀ ਦੀ ਸਿਲੈਕਸ਼ਨ ਹੈ ਉਹ ਜ਼ਿਲ੍ਹਾ ਪੱਧਰ 'ਤੇ ਹੋਈ ਜੀ। ਅਤੇ ਕਿੰਨਾ ਕੁ ਮਿਹਨਤ ਲੱਗੀ ਇਸ ਪ੍ਰੋਜੈਕਟ ਨੂੰ, ਕੌਣ ਅਤੇ ਕਿਸ ਟੀਚਰ ਦੀ ਜਿਹੜੀ ਇਨਵੋਲਵਮੈਂਟ ਸੀ? ਇਹ ਪ੍ਰੋਜੈਕਟ ਤਕਰੀਬਨ ਜਿਵੇਂ ਵਿਦਿਆਰਥੀਆਂ ਤੁਹਾਨੂੰ ਦੱਸਿਆ 1 ਸਾਲ ਦੇ ਕਰੀਬ ਲੱਗ ਗਿਆ ਜੀ, ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਸੀ ਇਹਦੇ ਵਿੱਚ, ਤਾਂ ਉਹ ਟਾਈਮ ਟੂ ਟਾਈਮ ਉਹਨੂੰ ਜਿਹੜਾ ਹੈਗਾ ਜੀ ਕਰੈਕਸ਼ਨ ਕਰਦੇ ਰਹੇ, ਤਾਂ ਸਾਡੇ ਜਿਹੜੇ ਸਾਇੰਸ ਵਿਸ਼ੇ ਦੇ ਅਧਿਆਪਕ ਸਾਹਿਬਾਨ ਨੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ, ਬਾਕੀ ਸਮੂਹ ਅਧਿਆਪਕ ਸਾਹਿਬਾਨ ਨੇ ਜਿਹੜਾ ਹੈਗਾ ਉਹ ਬਹੁਤ ਵਧੀਆ ਯੋਗਦਾਨ ਦਿੱਤਾ, ਸਹਿਯੋਗ ਦਿੱਤਾ ਇਸ ਨੂੰ ਜਿਹੜਾ ਹੈਗਾ ਉਹ ਇੰਪਰੂਵ ਕਰਨ ਦੇ ਵਿੱਚ। ਹਰਦੀਪ ਜੀ ਕਿੰਨਾ ਕੁ ਔਖਾ ਲੱਗਦਾ ਜਦੋਂ ਬੱਚੇ ਇਹੋ ਜਿਹੇ ਆਈਡੀਆਜ਼ ਲੈ ਕੇ ਟੀਚਰਸ ਕੋਲ ਆ ਜਾਂਦੇ ਨੇ, ਫੰਡਸ ਦੀ ਵੀ ਪ੍ਰੋਬਲਮ ਆ ਜਾਂਦੀ ਹੈ, ਕਈ ਹੋਰ ਪ੍ਰੋਬਲਮ ਵੀ ਆਉਂਦੇ ਨੇ,
ਤਾਂ ਉਸ ਸੁਪਨੇ ਨੂੰ ਬੋਰ ਤੱਕ ਲਿਜਾਣ 'ਚ ਕਿੰਨਾ ਕੁ ਜਿਹੜਾ ਔਖਾ ਹੁੰਦੀ ਹੈਗੀ ਇੱਕ ਟੀਚਰ ਹੋਣ ਦੇ ਨਾਲ? ਹਾਂਜੀ ਬਿਲਕੁਲ, ਚੈਲੇਂਜਿੰਗ ਤਾਂ ਹੁੰਦਾ ਹੀ ਹੈ। ਵਿਦਿਆਰਥੀ ਕਿ ਆਪਣੇ ਕੋਲ ਇਨੋਵੇਟਿਵ ਆਈਡੀਆ ਲੈ ਕੇ ਆਇਆ, ਉਸ ਆਈਡੀਏ ਨੂੰ ਆਪਾਂ ਇੱਕ ਮਸ਼ੀਨ ਦੇ ਵਿੱਚ ਆਪਾਂ ਉਹਨੂੰ ਤਿਆਰ ਕਰਨਾ ਹੈ ਕਿ ਉਹ ਘੱਟ ਸਮਾਂ ਲਵੇ ਅਤੇ ਇਫੈਕਟਿਵ ਹੋਵੇ ਅਤੇ ਪਹਿਲਾਂ ਮਾਰਕੀਟ ਦੇ ਵਿੱਚ ਨਾ ਹੋਵੇ, ਇਨੋਵੇਟਿਵ ਆਈਡੀਆ ਹੋਵੇ। ਜੇ ਮਾਰਕੀਟ ਦੇ ਵਿੱਚ ਹੈ ਤਾਂ ਆਪਾਂ ਜੋ ਬਣਾਉਣਾ ਉਹਦੇ ਵਿੱਚ ਆਪਾਂ ਉਹ ਤੋਂ ਅਲੱਗ ਕੀ ਬਣਾ ਰਹੇ ਹਾਂ, ਜਿਹਦੇ ਨਾਲ ਆਪਣੇ ਜਿਹੜੀ ਸਮਾਜ ਹੈ, ਕਿਸਾਨ ਨੇ ਜਾਂ ਹੋਰ ਸਮਾਜ ਦੇ ਲੋਕ ਨੇ, ਉਹਨਾਂ ਨੂੰ ਕੀ ਫਾਇਦਾ ਹੋ ਸਕਦਾ? ਗੁਰਪ੍ਰੀਤ ਕੌਰ, ਕਿੱਥੇ ਜਾਊਗਾ? ਸਰਕਾਰੀ ਹਾਈ ਸਕੂਲ ਖੇੜੀ ਵਰਨਾ। ਮੈਮ, ਸਟੂਡੈਂਟ ਤੁਹਾਡਾ ਸੀਗਾ, ਹਾਂਜੀ ਹਾਂਜੀ, ਕਿਵੇਂ ਫੀਲ ਹੋਇਆ ਜਦੋਂ ਪਤਾ ਲੱਗਦਾ ਹੈ ਕਿ ਬੱਚੇ? ਹਾਂਜੀ ਸਰ, ਬਹੁਤ ਜ਼ਿਆਦਾ ਵਧੀਆ, ਗ੍ਰੇਟ ਨਿਊਜ਼ ਸੀਗੀ। ਜਦੋਂ ਵੀ ਪਹਿਲੀ ਵਾਰੀ ਸਿਲੈਕਟ ਹੋਏ, ਫਿਰ ਸੈਕਿੰਡ ਟਾਈਮ ਸਿਲੈਕਟ ਹੋਏ ਸਟੇਟ ਲੈਵਲ 'ਚ, ਤਾਂ ਬਹੁਤ ਜ਼ਿਆਦਾ ਹੀ ਖੁਸ਼ੀ ਹੋਈ। ਤਾਂ ਹੁਣ ਨੈਸ਼ਨਲਸ ਜਾਵਾਂਗੇ। ਹਾਂਜੀ, ਨੈਸ਼ਨਲ 'ਚ ਜਾ ਰਹੇ ਹੋ? ਹਾਂਜੀ ਹਾਂ, ਬਸ ਇਸ 'ਚ ਕੁਛ ਇੰਪਰੂਵਮੈਂਟਸ ਕੀਤੀਆਂ, ਜੋ ਲੱਗਦਾ ਸੀ ਕਿ ਸ਼ਾਇਦ ਛੱਲੀ ਦੇ ਸਾਈਜ਼ ਦੇ ਕੋਈ ਇਸ਼ੂ ਹੋ ਸਕਦਾ, ਵੀ ਜੇ ਸਾਈਜ਼ ਥੋੜ੍ਹਾ ਜਿਹਾ ਵੱਡਾ ਤਾਂ ਉਹ ਸ਼ਾਇਦ ਇਸ ਦੇ ਵਿੱਚ ਨਾ ਹੋਏ, ਤਾਂ ਫਿਰ ਉਹ ਕਟਰ ਦਾ ਥੋੜ੍ਹਾ ਜਿਹਾ ਸਾਈਜ਼ ਐਡਜਸਟ ਕੀਤਾ ਹੈਗਾ। ਜਦੋਂ ਪਹਿਲੀ ਵਾਰ ਤੁਹਾਡੇ ਕੋਲ ਆਈਡੀਆ ਲੈ ਕੇ ਆਇਆ, ਕਿਵੇਂ ਵੀ ਉਦੋਂ ਤੁਹਾਡਾ ਰਿਸਪੌਂਸ ਸੀਗਾ, ਕਿਉਂਕਿ ਇੱਕ ਪਿੰਡ ਦਾ ਬੱਚਾ ਜਦੋਂ ਇਹ ਜਾ? ਹਾਂਜੀ ਬਿਲਕੁਲ ਬਿਲਕੁਲ, ਹਾਂ ਥੋੜ੍ਹਾ ਉਦੋਂ ਸੀਗਾ ਵੀ ਡਾਇਲਾਮਾ ਜਿਹਾ ਤਾਂ ਸੀਗਾ ਹੀ ਕਿ ਪਤਾ ਨਹੀਂ ਹੋ ਪਾਏਗਾ ਕਿ ਨਹੀਂ ਹੋ ਪਾਏਗਾ। ਫਿਰ ਅਸੀਂ ਬੱਚਾ ਬਹੁਤ ਲੈਬੋਰੀਅਸ ਹੈ ਸਾਡਾ, ਫਿਰ ਅਸੀਂ ਔਨ ਪੇਪਰ ਪਹਿਲੇ ਇਹਨੂੰ ਡਿਸਕਸ ਕੀਤਾ, ਹੈ ਨਾ, ਫਿਰ ਮੈਨੂੰ ਇੰਟਰਨੈਟ 'ਤੇ ਫਾਇੰਡ ਆਊਟ ਕੀਤਾ ਕਿ ਕੋਈ ਐਸੀ ਚੀਜ਼ ਪਹਿਲਾਂ ਹੈ ਤਾਂ ਨਹੀਂ, ਕਿਉਂਕਿ ਉਹ ਇਨੋਵੇਟਿਵ ਹੋਣਾ ਚਾਹੀਦਾ, ਤੁਹਾਨੂੰ ਪਤਾ ਹੀ ਹੈ ਕਿ ਇੰਸਪਾਇਰ ਅਵਾਰਡ 'ਚ ਐਵੇਂ ਸਿਲੈਕਟ ਨਹੀਂ ਹੁੰਦਾ ਜੇ ਆਲਰੇਡੀ ਹੋਏ ਤਾਂ ਫਿਰ ਦੇਖਿਆ ਕਿ ਮਸ਼ੀਨਸ ਤਾਂ ਬਹੁਤ ਸਾਰੀਆਂ ਹੈਗੀਆਂ, ਪਰ ਉਹ ਦੇ ਆਰ ਵੈਰੀ ਕੋਸਟਲੀ, ਵੈਰੀ ਐਕਸਪੈਂਸਿਵ, ਤਾਂ ਫਿਰ ਉਹ ਜਿਹੜੇ ਇਹਦੇ ਪੂਅਰ ਫਾਰਮਰਸ ਹੈ ਜਿਵੇਂ ਇੱਥੇ ਉਸੇ ਬੈਕਗਰਾਊਂਡ ਤੋਂ ਹੈ, ਤਾਂ ਫਿਰ ਇਹ ਜ਼ਿਆਦਾ ਬੈਟਰ ਦੱਸ ਸਕਦਾ, ਤਾਂ ਇਹਨੇ ਕਿਹਾ ਵੀ ਇੱਥੇ ਫਾਰਮਰਸ ਅਫੋਰਡ ਹੀ ਨਹੀਂ ਕਰਦੇ, ਤਾਂ ਫਿਰ ਇਹਨੂੰ ਉੱਥੋਂ ਹੀ ਆਈਡੀਆ ਆਇਆ ਨਾ ਕਿ ਮੈਂ ਹੈਲਪ ਕਰਾਂ। ਇਸ ਲਈ ਕੋਸਟ ਅਰਾਊਂਡ ਆਈ ਥਿੰਕ 1500। ਹਾਂਜੀ ਹਾਂਜੀ, ਇਹ ਕਿੰਨਾ ਕੁ ਇਫੈਕਟਿਵ ਹੈ ਜੀ? ਬਹੁਤ ਇਫੈਕਟਿਵ ਹੈ, ਦਾਣਾ ਤੁਸੀਂ ਦੇਖਿਆ ਹੋਣਾ ਕਿ ਬ੍ਰੇਕ ਵੀ ਨਹੀਂ ਹੋਇਆ, ਨਹੀਂ ਤਾਂ ਕਈ ਵੱਡੀਆਂ ਮਸ਼ੀਨਾਂ 'ਚ ਦਾਣਾ ਵੀ ਬ੍ਰੇਕ ਹੋ ਜਾਂਦਾ। ਮੈਮ, ਤੁਸੀਂ ਪਿੰਡ ਦੇ ਕਿਸਾਨ ਵੀ ਤੁਹਾਡੇ ਨਾਲ ਡਿਸਕਸ ਕਰਿਆਗਾ ਤੁਹਾਡੇ ਵੱਲੋਂ ਇਹ ਪ੍ਰੋਜੈਕਟ ਦੇ ਬਾਰੇ, ਜਾਂ ਉਹਨਾਂ ਦੇ ਵੱਲੋਂ ਯੂਜ਼ ਕਰਕੇ ਦੇਖਿਆ ਗਿਆ? ਹਾਂਜੀ ਹਾਂਜੀ, ਇਸਨੇ ਇੱਕ ਕਲਿੱਪ ਬਣਾਇਆ ਸੀਗਾ, ਤਾਂ ਫਿਰ ਉਹ ਇਹਨੇ ਦਿਖਾਇਆ ਮੈਨੂੰ, ਉਸ ਲੈਪਟਾਪ 'ਤੇ ਅਸੀਂ ਉੱਥੇ ਵੀ ਪ੍ਰਜੈਂਟ ਕੀਤਾ ਸੀਗਾ। ਇੱਕ ਫਾਰਮਰ ਵੱਲੋਂ ਕਿਹਾ ਗਿਆ ਵੀ ਇਹ ਬਹੁਤ ਯੂਸਫੁਲ ਹੈ ਉਹਨਾਂ ਲਈ। ਸਟੂਡੈਂਟਸ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਦਿਮਾਗ 'ਚ ਇਹ ਜਿਹੀ ਉਪਜ ਹੈਗੀ, ਪਰ ਅੱਗੇ ਦੱਸ ਨਹੀਂ ਪਾਉਂਦੇ ਟੀਚਰ ਦਾ ਡਰ ਹੁੰਦਾ ਹੈਗਾ ਕਈ ਵਾਰ? ਹਾਂਜੀ ਬਿਲਕੁਲ ਬਿਲਕੁਲ, ਹਾਂ, ਕੀ ਕਹਿਣਾ ਚਾਹੁੰਦੇ? ਨਹੀਂ ਨਹੀਂ, ਹੁਣ ਤਾਂ ਬਹੁਤ ਰਿਸੋਰਸਿਸ ਹੈ, ਗਵਰਨਮੈਂਟ ਫੰਡਸ ਦੇ ਰਹੀ ਹੈ, ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਟੀਚਰਸ ਨੂੰ, ਹੈ ਨਾ, ਜਿਵੇਂ ਨਵੀਂ ਚੀਜ਼ ਬਣ ਗਈ, ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ, ਜੇ ਬੱਚੇ ਦੱਸਣਗੇ ਹੀ ਨਹੀਂ ਤਾਂ ਫਿਰ ਹੋਏਗਾ ਹੀ ਨਹੀਂ ਕੁਛ ਵੀ। ਹਾਂਜੀ ਹਾਂਜੀ, an excellent coaching point in IELTS and spoken English, also expert in study and visitor visa, government approved, SS group, session chowk Hoshiarpur.